ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਫਿਰ ਤੋਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਵਿੱਚ ਅੱਪਾ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜੀਰੀਟੇਟ ਸ਼ਿਟ ਸ਼ਾਖਾ ਵੱਲੋਂ ਆ ਡਿਪਾਰਟਮੈਂਟ ਆਫ ਡੇਸ਼ਿਟ ਦਸੰਪਰ ਤੋਂ 21 ਜਨਵਰੀ 2022 ਦੇਖੋ ਜੀ ਇਹ ਦਸੰਬਰ एग्जाम ਇਨਸ਼ੂਨ ਲੈ ਕੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸ ਆ ਤੇ ਬਹੁਤ ਸਾਰੇ ਸਟੂਡੈਂਟ ਮੈਨੂੰ ਕਮੈਂਟ ਕਰ ਰਹੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਰੇ ਵੀ ਕੁਝ ਅਪਡੇਟ ਤੁਸੀਂ ਸ਼ੇਅਰ ਕਰੋ ਉਹਨਾਂ ਦੀ ਸਪੈਸ਼ਲ ਡਿਮਾਂਡ ਤੇ ਇਹ ਲਿਖਿਆ ਦਸੰਬਰ 2021 ਐਂਡ ਜਨਵਰੀ 2022 ਵਿੱਚ ਹੋਣ ਬਣੀਆਂ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ ਦਾ ਸ਼ੈਡਿਊਲ ਇਸ ਦਫ਼ਤਰ ਤੇ ਪੱਤਰ ਨੰਬਰ ਇਹ ਅਪਡੇਟ ਸ਼ੀਟ ਦਾ ਪੱਤਰ ਨੰਬਰ ਵੀ ਹੈ ਜੀ ਮਿਤੀ 26 11 2021 ਰਾਹੀਂ ਜਾਰੀ ਕੀਤਾ ਹੈ ਜਾਰੀ ਕੀਤਾ ਹੋਇਆ ਜੀ ਇਸੇ ਸ਼ਡਿਊਲ ਦੀ ਲਗਾਤਾਰ ਜੇ ਲਗਾਤਾਰਤਾ ਲਗਾਤਾਰ ਵਿੱਚ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕੇਵਲ ਹੀਟਰ ਦਸਾਈਆਂ ਪ੍ਰੀਖਿਆਈ ਉਹਨਾਂ ਦੇ ਸਾਹਮਣੇ ਦਸਾਈਆਂ ਮਿੱਤੀਆਂ ਨੂੰ ਕਰਵਾਈਆਂ ਰਵਾਈਆਂ ਜਾਣਗੀਆਂ ਦੇਖੋ ਜੀ ਇਹਦੇ ਵਿੱਚ ਲਿਖਿਆ ਹੈ ਇਹ ਕਰਵਾਈਆਂ ਜਾਣੀਆਂ ਹੁਣ ਦੇਖਦੇ ਹਾਂ ਕਿਹੜੇ ਕਿਹੜੀ ਡਿਪਾਰਟਮੈਂਟ ਦੀਆਂ ਪ੍ਰੀਖਿਆਵਾਂ ਜਿਹੜੀਆਂ ਹੋਣੀਆਂ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਸਭ ਤੋਂ ਪਹਿਲਾਂ ਬੀਟੈਕਸ ਸੈਮਿਸਟਰ 5 ਸੌਰੀ ਸੈਮਿਸਟਰ 3 ਸੈਮਿਸਟਰ 5 ਐਂਡ ਸੈਮਿਸਟਰ 7 ਜਿਹੜੇ ਕਿ ਫਾਸਟ ਜਿਹੜੇ ਕਿ ਪਹਿਲਾ ਸੈਮਿਸਟਰ ਨਹੀਂ ਮੈਂਸ਼ਨ ਕੀਤਾ ਇਹਦੇ ਵਿੱਚ ਉਹਦੀਆਂ ਪ੍ਰੀਖਿਆਵਾਂ 14 12 2021 14 ਦਸੰਬਰ 2021 ਵਿੱਚ ਸ਼ੁਰੂ ਹੋ ਰਹੀਆਂ ਹੈ ਉਸ ਤੋਂ ਬਾਅਦ ਐਮਟੈਕ ਉਹਦੇ ਵਿੱਚ ਸੈਮਿਸਟਰ 3 ਐਂਡ ਸੈਮਿਸਟਰ 5 एमटेक ਦੇ ਵਿੱਚ ਸੈਮਿਸਟਰ 3 ਐਂਡ ਸੈਮਿਸਟਰ 5 ਉਹਦੀਆਂ 14 ਦਸੰਬਰ 2021 ਵਿੱਚ ਐਗਜ਼ਾਮੀਨੇਸ਼ਨ ਕੰਡਕਟ ਕਰ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਤੋਂ ਬਾਅਦ ਤੀਸਰਾ ਜਿਹੜਾ ਕੋਰਸ ਆ BPT PPT ਸੈਮਿਸਟਰ ਤੀਜਾ ਪੰਜਵਾਂ ਐਂਡ ਸੱਤਵਾਂ ਪਹਿਲਾਂ ਫਿਰ ਵੀ ਮੈਂਸ਼ਨ ਨਹੀਂ ਕੀਤਾ ਇਹਦੇ ਵਿੱਚ 17 12 2021 17 ਦਸੰਬਰ 2021 ਵਿੱਚ ਇਹਦੇ ਐਗਜ਼ਾਮੀਨੇਸ਼ਨ ਸਟਾਰਟ ਹੋ ਰਹੇ ਨੇ ਧਿਆਨ ਦੇਣਾ ਜਿੰਨੀ ਵੀ ਸਟੂਡੈਂਟ ਹੈ ਜੀ ਉਸ ਤੋਂ ਬਾਅਦ ਐਮ ਪੀਟੀ ਸਮੈਸਟਰ ਓਨਲੀ 3 ਜਿਹੜਾ ਕਿ ਸਮੈਸਟਰ 3 ਦੀ ਗੱਲ ਕਰਕੇ ਐਮ ਪੀਟੀ ਦੀ ਉਹਦੀਆਂ ਪ੍ਰੀਖਿਆਵਾਂ ਕਦੋਂ ਹੋ ਰਹੀਆਂ 17 12 21 17 ਦਸੰਬਰ ਨੂੰ ਹੋ ਰਹੀਆਂ ਬੀ ਫਾਰਮੇਸੀ ਦੇਖੋ ਜੀ ਬੀ ਫਾਰਮੇਸੀ ਬੈਚਲਰ ਕੋਰਸ ਦੀ ਗੱਲ ਕਰੀਏ ਬੀ ਫਾਰਮੇਸੀ ਚਾਹੇ ਉਹ ਰੈਗੂਲਰ ਸਟੂਡੈਂਟ ਹੋਣ ਕਾਲਜ ਦੇ ਹੋਣ ਜਾਂ ਜੰਝ ਯੂਨੀਵਰਸਿਟੀ ਦੇ ਹੋਣ ਉਹਨਾਂ ਸਾਰਿਆਂ ਦੇ ਲਈ ਇਹ ਸੇਮ ਹੈ ਪੀ ਫਾਰਮੇਸੀ ਸਮੈਸਟਰ 3 ਸਮੈਸਟਰ 5 ਐਂਡ ਸਮੈਸਟਰ 7 ਫੋਰ ਈਅਰ ਕੋਰਸ ਹੈ ਇਸ ਕਰਕੇ ਸਮੈਸਟਰ 7 ਚ ਤੱਕ ਚੱਲਦਾ ਹੈ 8 ਤੱਕ ਸਮੈਸਟਰ 3 ਸਮੈਸਟਰ 5 ਐਂਡ ਸਮੈਸਟਰ 7 ਫਸਟ ਸਮੈਸਟਰ ਫੇਰ ਵੀ ਮੈਂਸ਼ਨ ਨਹੀਂ ਕੀਤਾ ਇਹਦੇ ਵਿੱਚ ਧਿਆਨ ਦੇਣਾ ਨਵੇਂ ਸਟੂਡੈਂਟ ਮੈਂਸ਼ਨ ਨਹੀਂ ਕੀਤਾ 17 12 2021 ਕਦੋਂ ਦੀ ਐਗਜ਼ਾਮੀਨੇਸ਼ਨ ਹੋ ਰਿਹਾ ਜੀ 17 ਦਸੰਬਰ 21 ਵਿੱਚ ਉਸ ਤੋਂ ਬਾਅਦ ਐਮ ਫਾਰਮੇਸੀ ਸੈਮਿਸਟਰ 3 ਓਨਲੀ ਤੀਜੇ ਸੈਮਿਸਟਰ ਦੇ ਵਿੱਚ ਵੀ ਮੈਂਸ਼ਨ ਨਹੀਂ ਕੀਤਾ 17 12 21 17 ਦਸੰਬਰ ਨੂੰ ਇਹਦੇ ਐਗਜ਼ਾਮੀਨੇਸ਼ਨ ਹੋ ਰਿਹਾ ਉਸ ਤੋਂ ਬਾਅਦ ਨੈਕਸਟ ਜਿਹੜਾ ਗੱਲ ਕਰੀਏ ਐਮ ਪੀਟੀ ਸੈਮਿਸਟਰ 3 ਉਹਦੀਆਂ ਵੀ 17 12 21 17 ਦਸੰਬਰ ਨੂੰ ਐਗਜ਼ਾਮੀਨੇਸ਼ਨ ਹੋ ਰਹੇ ਨੇ 5th ਇਅਰ 5th ਇਅਰ ਇੰਟੀਗੇਟਿਡ ਐਮਬੀਏ ਜਿ ਕਿ MBA ਦੀ 5 ਇਅਰ ਇੰਟੀਗੇਟਿਡ ਕੋਰਸਾ ਉਹਦਾ ਸੈਮਿਸਟਰ 3 ਸੈਮਿਸਟਰ 5 ਐਂਡ ਸੈਮਿਸਟਰ 7 ਦੀ ਜੈ ਐਗਜ਼ਾਮੀਨੇਸ਼ਨ ਜੇ ਕਦੋਂ ਹੋ ਰਹੀਆਂ ਜੀ 17 ਦਸੰਬਰ ਤੋਂ 21 ਨੂੰ ਹੋ ਰਹੀਆਂ ਹੈ ਉਸ ਤੋਂ ਬਾਅਦ M Com ਆਨਰਸ ਸਕੂਲ ਆਫ ਇੰਟੀਗੇਟਿਡ ਕੋਰਸਾ ਜਿਹੜਾ ਕਿ ਸੈਮਿਸਟਰ 3 ਸੈਮਿਸਟਰ 5 ਐਂਡ ਸੈਮਿਸਟਰ 7 ਉਹਦੀਆਂ ਕਦੋਂ ਹੋ ਰਹੀਆਂ ਐਗਜ਼ਾਮੀਨੇਸ਼ਨ ਤਾਂ ਉਹਦੇ ਪੇਪਰ 17 12 ਤੋਂ 21 17 ਦਸੰਬਰ ਨੂੰ ਹੋ ਰਿਹਾ ਉਸ ਤੋਂ ਬਾਅਦ ਨੀਚੇ ਦੇਖਦੇ ਜੀ ਉਪਰੋਕਤ ਤੋਂ ਇਲਾਵਾ ਬਾਕੀ ਕੋਰਸਾਂ ਦੀਆਂ ਪ੍ਰੀਖਿਆ ਲਈ ਜਾਰੀ ਕੀਤਾ ਹੋਇਆ ਸ਼ਡਿਊਲ ਮਨਜ਼ੂਰ ਸਮਝਿਆ ਜਾਵੇ ਇਹਨਾਂ ਲਈ ਨਵੀਆਂ ਪ੍ਰੀਖਿਆ ਮਿਤੀਆਂ ਬਾਅਦ ਵਿੱਚ ਕੋਸ਼ਿਸ਼ ਕੀਤੀਆਂ ਜਾਣਗੀਆਂ ਅਜੇ ਤੱਕ ਉਹਨਾਂ ਦੀ ਕੋਸ਼ਿਸ਼ ਨਹੀਂ ਕੀਤੀਆਂ ਜੀ ਕੰਟਰੋਲਰ ਵੱਲੋਂ ਪੰਜਾਬੀ ਯੂਨੀਵਰਸਿਟੀ ਕੰਟਰੋਲਰ ਦੇ ਵੱਲੋਂ ਐਗਜ਼ਾਮੀਨੇਟਰ ਐਗਜ਼ਾਮੀਨਰ ਕੰਟਰੋਲਰ ਵੱਲੋਂ ਸਾਈਨ ਆ 2 12 2021 ਦੀ ਨਿਊ ਹੈ ਸ਼ਡਿਊਲ ਸੀ ਜੋ ਤੁਹਾਡੇ ਨੇ ਸ਼ੇਅਰ ਕੀਤਾ ਹੈ ਉਸ ਤੋਂ ਬਾਅਦ ਗੱਲ ਕਰੀਏ ਇਹ ਕਿੰਨੇ ਕਿੰਨਾਂ ਨੂੰ ਆਏ ਡੇਟ ਜਿਹੜੀ ਕੀ ਅਪਰੋਕਤ ਹੇਠ ਲਿਖਿਆ ਸੂਚਨਾ ਤੇ ਅਲਗੇਰੀਆਂ ਕਰਵਾਈ ਦਿੱਤੀ ਇਹਨਾਂ ਨੂੰ ਸਾਰਿਆਂ ਨੂੰ ਸਬੰਧ ਦੇ ਜਿੰਨੇ ਵੀ ਕਾਲਜ ਦੇ ਵਿੱਚ ਮੈਂਸ਼ਨ ਨੇ ਇਹਦੇ ਵਿੱਚ ਸਾਰਿਆਂ ਨੂੰ ਇਹ ਮਹੀਆ ਕਰਵਾਈ ਹੈ ਤੇ ਇੰਨਾ ਤੱਕ ਪਹੁੰਚਾਇਆ ਗਿਆ ਹੈ ਵੀ ਕੋਈ ਵੀ ਅੰਗੇਲੀ ਨਾ ਹੋਵੇ ਐਗਜ਼ਾਮੀਨੇਸ਼ਨ ਨੂੰ ਲੈ ਕੇ ਸਟੂਡੈਂਟ ਬਹੁਤ ਸਾਰੀ ਚਿੰਤਾ ਦੇ ਵਿੱਚ ਸੀ ਮੈਨੂੰ ਲਗਾਤਾਰ ਕਮੈਂਟ ਕਰ ਰਹੇ ਸੀ ਉਹਨਾਂ ਨੂੰ ਫਿਰ ਤੋਂ ਦੱਸਣਾ ਚਾਹਣਾ ਹੈ ਦੇਖੋ ਐਗਜ਼ਾਮੀਨੇਸ਼ਨ ਫਿਰ ਤੋਂ 14 14 ਨੂੰ ਦੋ ਪੇਪਰ ਹੋ ਰਿਹਾ ਹੈ ਬੀਟੈਕ ਐਮਟੈਕ ਦੇ ਬਾਕੀ ਸਾਰੇ ਜਿਹੜੇ ਕਿ ਪੈਂਡਿੰਗ ਨੇ ਉਹ 17 ਨੂੰ ਹੋ ਰਹੇ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਇਸ ਵੀਡੀਓ ਦੇ ਵਿੱਚ ਸਾਡਾ ਨਾਲ ਸ਼ੇਅਰ ਕਰ ਸਕਦਾ ਹੈ ਜੇ ਵੀ ਸਟ੍ਰੈਚਿੰਗ ਇੰਸਟਾਗ੍ਰਾਮ ਅਕਾਊਂਟ ਤੇ ਜਾਂ ਫਿਰ ਸਾਨੂੰ ਕਮੈਂਟ ਕਰ ਸਕਦਾ ਹੈ ਇਸ ਵੀਡੀਓ ਤੇ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਤਰ੍ਹਾਂ ਦੀ ਅਪਡੇਟ ਅਸੀਂ ਲੈ ਕੇ ਆਉਂਦੇ ਰਵਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਗਾਰਡਿੰਗ